ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ 7th ਕਲਾਸ ਦੀ ਮਾਈ ਵਰਕਬੁੱਕ ਇੰਗਲਿਸ਼ ਸੈਸ਼ਨ 2022-23 ਵਿੱਚੋਂ ਵਰਕਸ਼ੀਟ ਨੰਬਰ 11 ਅੱਜ ਆਪਾਂ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਵਰਕਸ਼ੀਟ ਨੰਬਰ 7, 8, 9, 10 ਅਪਲੋਡ ਹੋ ਚੁੱਕੀਆਂ ਨੇ। ਠੀਕ ਹੈ ਜੀ। ਸੋ ਆਓ ਆਪਾਂ ਡਿਸਕਸ ਕਰਦੇ ਹਾਂ। देयर वॉज आ नोटी बॉय यह पोइम है अपने कोयर वॉज़ अोटी बॉय ठीक है आओ शुरू कर दर्स्ट वर्ड अपने को नोटी विच मीनज मिसबिहेवड इन पंजाबी वी कैन से शरारती ठीक है संटेंस है ही वॉज़ आ नोटी बॉय बिल्कुल ईजी संटेंस है नोट कर लो तीन तो ਵੀਡੀਓ ਨੂੰ ਬਈਟਾ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕੰਪਲੀਟ ਵਰਕਬੁੱਕ ਮੈਂ ਤੁਹਾਨੂੰ ਇੱਥੇ ਸੋਲਵ ਕਰਵਾ ਰਿਹਾ ਠੀਕ ਹੈ ਸੋ ਨੈਕਸਟ ਵਰਡ ਆਪਣੇ ਕੋਲ ਹੈਗਾ ਫਾਊਂਡ which means discovred ਮਿਲ ਗਿਆ ਜਾਂ ਪਾਇਆ ਜਾਂ ਖੋਜਿਆ ਕੋਈ ਵੀ ਇਸ ਦਾ ਮੀਨਿੰਗ ਆਪਾਂ ਲਿਖ ਸਕਦੇ ਹਾਂ ਠੀਕ ਹੈ ਸੈਂਟੈਂਸ ਹੈ ਜਿਵੇਂ ਕਿ ਆਈ ਫਾਊਂਡ ਅ ਪੈਨ ਮੈਨੂੰ ਇੱਕ ਪੈਨ ਮਿਲ ਗਿਆ ਮੈਨੂੰ ਇੱਕ ਪੈਨ ਮਿਲਿਆ ਲੱਭਿਆ ਠੀਕ ਹੈ ਨੈਕਸਟ ਹੈ ਗਰਾਊਂਡ which means ਮੈਦਾਨ ਕਹਿ ਲਓ ਜ਼ਮੀਨ ਵੀ ਕਹਿ ਸਕਦੇ ਹਾਂ ਦਿਸ ਇਜ਼ ਅ ਬਿਊਟੀਫੁਲ ਗਰਾਊਂਡ ਇੱਕ ਖੂਬਸੂਰਤ ਮੈਦਾਨ ਹੈ ਨੈਕਸਟ ਵਰਡ ਇਜ਼ ਯਾਰਡ ਵਿਚ ਮੀਨਸ ਵੇੜਾ ਠੀਕ ਹੈ ਯਾਰਡ ਦਾ ਇੱਕ ਹੋਰ मीनिंग ਵੀ ਹੁੰਦਾ ਗੱਜ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਠੀਕ ਹੈ ਮੈਜਰਮੈਂਟ ਹੈ ਕਿ ਮਿੰਤੀ ਵਾਸਤੇ ਆਪਾਂ ਯੂਜ਼ ਕਰਦੇ ਆ ਯਾਰਡ ਗੱਜ ਜਿਸ ਨੂੰ ਆਪਾਂ ਕਹਿੰਦੇ ਆ ਠੀਕ ਹੈ ਕਿੰਨੇ ਗੱਜ ਜ਼ਮੀਨ ਹੈ ਸੋ ਇੱਕ ਇਹ मीनिंग ਇਹਦਾ ਵੇੜਾ ਵੀ ਹੈ ਇਸ ਦੇ ਅਕੋਰਡਿੰਗ ਵੇੜਾ ਇਸ ਦਾ मीनिंग ਹੈ ਗ੍ਰਾਸੀ ਏਰੀਆ ਅਰਾਊਂਡ ਬਿਲਡਿੰਗ ਠੀਕ ਹੈ ਸੋ ਦਿਸ ਇਜ਼ ਅ ਬਿਊਟੀਫੁਲ ਯਾਰਡ ਬਿਲਕੁਲ ਈਜ਼ੀ ਸੈਂਟੈਂਸ ਹੈ ਸੇਮ ਇਸੇ ਪੈਟਰਨ ਤੇ ਦਿਸ ਇਜ਼ ਅ ਬਿਊਟੀਫੁਲ ਗਰਾਉਂਡ ਦਿਸ ਇਜ਼ ਅ ਬਿਊਟੀਫੁਲ ਯਾਰਡ ਠੀਕ ਹੈ ਈਜ਼ੀ ਰਹੇਗਾ ਤੁਹਾਨੂੰ ਵੇਟੀ ਵੇਟੀ ਦਾ ਮਤਲਬ ਹੈ ਭਾਰਾ ਵਜ਼ਨਦਾਰ ਜਾਂ ਗੰਭੀਰ ਆਪਾਂ ਕਹਿ ਸਕਦੇ ਹਾਂ ਠੀਕ ਹੈ ਹੀ ਜਿਹੜੀ ਸਟੇਟਮੈਂਟ ਵਾਸ ਵੇਟੀ ਉਸਦੀ ਸਟੇਟਮੈਂਟ ਜੋ ਹੈ ਗੰਭੀਰ ਸੀ ਨੈਕਸਟ ਹੈ 4 ਸਕੋਰ 4 ਸਕੋਰ ਮੀਨਸ 80 80 ਯਾਨੀ ਕਿ ਹੀ ਵਾਸ ਐਕਟਿਵ ਐਟ ਦੀ ਏਜ ਆਫ 4 ਸਕੋਰ ਉਹ 80 ਦੀ ਉਮਰ ਵਿੱਚ ਵੀ ਜੋ ਹੈ ਐਕਟਿਵ ਸੀ वंडर्ड हैरान ही वंडर्ड वो हैरान होया नेक्स्ट है मैरी खुश मैरी क्रिसमस ठीक है नेक्स्ट है वुडन मतलब लक्ड़ बनया हुआ कोई चीज़ हो उसको वुडन कह सकते मेड ऑफ वुड आई हैव अ वुडन टॉय मेरे को एक लक्ड़ का खिलाना है स्कॉटलैंड नेम ऑफ अ कंट्री है ठीक है यूके का पार्ट है यह स्कॉटलैंड ठीक है ही रैन अवे टू स्कॉटलैंड स्कॉटलैंड दौड़ गया ठीक है नैक्सट अपने को असिमली यूज लाइक और एज फॉर कंपेरिजन ठीक है इस वर्ड में आप बोलेंगे सिमली ठीक है ध्यान रखियो ये एज स्ट्रोंोंोंोंोंोंोंोंोंोंग एज अबुल एज स्लो लाइक अ स्नेल एज स्मॉल एज अमाउस एज क्विक एज Lightning walks like a soldier as fast as a cheetah grow like weed as proud as a peacock. Next name of the uh, name the poet of the poem John Keats People who live in Scotland are called Scottish. ਸਕਾਟਲੈਂਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਾਂ ਸਕਾਟਿਸ਼ ਕਹਿੰਦੇ ਹਾਂ ਵਾਟ ਡੂ ਵੀ ਕਾਲ ਦਾ ਪੀਪਲ ਹੂ ਲਿਵ ਇਨ ਇੰਡੀਆ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਾਂ ਕੀ ਕਹਾਂਗੇ ਇੰਡੀਅਨ ਕਹਿੰਦੇ ਆਪਾਂ ਆਪਣੇ ਆਪ ਨੂੰ ਠੀਕ ਹੈ ਹਾਊ ਵਾਸ ਦਾ ਗਰਾਊਂਡ ਵੈਰੀ ਹਾਰਡ ਵਾਟ ਡਿਡ ਦਾ ਬॉय ਫਾਈਂਡ ਐਟ ਫਰਸਟ ਗਰਾਊਂਡ ਹੀ ਦੇਖਿਆ ਸੀ ਉਸਨੇ ਸਭ ਤੋਂ ਪਹਿਲਾਂ ਪੋਇਮ ਦੇ ਅਕੋਰਡਿੰਗ ਦਾ ਨੋਟੀ ਬॉय ਰੈਨ ਫਰਮ ਸਕਾਟਲੈਂਡ ਟੂ ਇੰਗਲੈਂਡ ਠੀਕ ਹੈ ਨੈਕਸਟ ਹੈ ਦਾ Song was as merry as in England The boy found the things different in Scotland as compared to England ਲੜਕੇ ਨੂੰ ਉਹ ਚੀਜ਼ਾਂ ਸਕਾਟਲੈਂਡ ਅਤੇ ਇੰਗਲੈਂਡ ਦੀ ਜੇਕਰ ਉਹ ਕੰਪੈਰੀਜ਼ਨ ਕੀਤੀ ਉਸਨੇ ਤਾਂ ਚੀਜ਼ਾਂ ਡਿਫਰੈਂਟ ਪਾਈਆਂ ਗਈਆਂ ਇਹ ਫਾਲਸ ਹੈ ਕਿਉਂਕਿ ਡਿਫਰੈਂਟ ਕੁਝ ਨਹੀਂ ਮਿਲਿਆ ਉਸਨੂੰ ਸਾਰੀਆਂ ਚੀਜ਼ਾਂ ਸੇਮ ਸੀ ਗਰਾਊਂਡ ਵੀ ਸੇਮ ਸੀ ਠੀਕ ਹੈ ਚੈਰੀ ਵੀ ਸੇਮ ਸੀ ਠੀਕ ਹੈ ਸਾਰੀਆਂ ਚੀਜ਼ਾਂ ਸੇਮ ਸੀਗੀਆਂ ਉੱਥੇ so next hai write down about a mischief that you have done at home or school ਘਰ ਜਾਂ ਸਕੂਲ ਵਿੱਚ ਕੋਈ ਤੁਸੀਂ ਮਿਸਚੀਵ ਕੀਤੀ ਹੋਵੇ ਸ਼ਰਾਰਤ ਕੀਤੀ ਹੋਵੇ ਉਸ ਬਾਰੇ ਤੁਸੀਂ ਲਿਖਣਾ ਹੈ ਠੀਕ ਹੈ ਇੱਥੇ ਇੱਕ ਸ਼ਰਾਰਤ ਬਾਰੇ ਮੈਂ ਨੋਟ ਕੀਤਾ ਤੁਹਾਡੇ ਵਾਸਤੇ ਲਿਖਿਆ ਨੋਟ ਕਰ ਸਕਦੇ ਹੋ ਤੁਸੀਂ ਵਾਂਸ ਅਪੋਨ ਅ ਟਾਈਮ ਵੀ ਵਰ ਪਲੇਇੰਗ ਫੁੱਟਬਾਲ ਇਨ ਦਾ ਪਲੇਗਰਾਉਂਡ ਆਫ ਆਵਰ ਸਕੂਲ ਇੱਕ ਵਾਰ ਦੀ ਗੱਲ ਹੈ ਕਿ ਅਸੀਂ ਸਕੂਲ ਦੇ ਪਲੇਗਰਾਉਂਡ ਵਿੱਚ ਜਿਹੜਾ ਫੁੱਟਬਾਲ ਖੇਡ ਰਹੇ ਸੀ ਆਈ ਕਿਕਡ ਦਾ ਫੁੱਟਬਾਲ ਮੈਂ ਫੁੱਟਬਾਲ ਨੂੰ ਟੋਕਰ ਮਾਰੀ ਐਂਡ ਇਟ ਹਿਟ आवर ਇੰਗਲਿਸ਼ ਟੀਚਰ ਤੇ ਇਹ ਇੰਗਲਿਸ਼ ਟੀਚਰ ਦੇ ਜਾ ਕੇ ਵੱਜੀ ਫੁੱਟਬਾਲ ਠੀਕ ਹੈ ਵੈਨ ਦਾ ਟੀਚਰ ਆਸਕਡ ਹੂ ਡਿਡ ਇਟ ਜਦੋਂ ਅਧਿਆਪਕ ਨੇ ਪੁੱਛਿਆ ਕਿ ਕਿਸ ਨੇ ਕੀਤਾ ਆਈ ਸਮਾਰਟਲੀ ਰਿਪਲਾਈਡ ਦੈਟ ਸ਼ਾਮ ਕਿੱਕਰ ਦਾ ਫੁੱਟਬਾਲ ਮੈਂ ਬੜੀ ਚਲਾਕੀ ਨਾਲ ਜਵਾਬ ਦਿੱਤਾ ਕਿ ਸ਼ਾਮ ਨੇ ਮਾਰੀ ਐ ਕਿੱਕ ਨੋਇੰਗਲੀ ਟੁਵਰਡਸ ਹਰ ਠੀਕ ਹੈ ਜਾਣ ਬੁੱਝ ਕੇ ਵੀ ਤੁਹਾਡੇ ਵੱਲ ਸ਼ਾਮ ਨੇ ਕਿੱਕ ਮਾਰੀ ਐ ਇਸ ਨੂੰ ਦਾ ਟੀਚਰ ਪੁਨਿਸ਼ਡ ਹਿਮ ਅਧਿਆਪਕ ਗਣੇਸ਼ ਨੂੰ ਸਜ਼ਾ ਦਿੱਤੀ ਆਈ ਕੁਡੰਟ ਹੈਲਪ ਲਾਫਿੰਗ ਮੈਂ ਹੱਸੇ ਬਿਨਾ ਨਾ ਰਹਿ ਸਕਿਆ ਲੇਟਰ ਔਨ ਆਈ ਫੈਲਟ ਸੌਰੀ ਬਾਅਦ ਵਿੱਚ ਮੈਂ ਸੌਰੀ ਫੀਲ ਕੀਤਾ ਸ਼ਾਮ ਫਰਗੇ ਮੀ ਤੇ ਸ਼ਾਮ ਨੇ ਮੈਨੂੰ ਮਾਫ ਕਰ ਦਿੱਤਾ ਨੈਕਸਟ ਆਪਣੇ ਕੋਲ ਹੈਗਾ ਦੇਖੋ ਰਿਪਲੇਸ ਦਾ ਅੰਡਰਲਾਈਨ ਐਜੈਕਟਿਵਸ ਐਜੈਕਟਿਵ ਰਿਪਲੇਸ ਕਰਨਾ ਇਹਦੀ ਥਾਂ ਤੇ ਕੋਈ ਹੋਰ ਐਜੈਕਟਿਵ ਆਪਾਂ ਲਿਖਣਾ ਜਿਵੇਂ ਲਿਖਿਆ ਅਨੋਟੀ ਬੋਏ ਅ ਪਲੇਫੁਲ ਬੋਏ ਠੀਕ ਹੈ ਇੱਥੇ ਲੌਂਗ ਵਰਡ ਹੈ ਆਪਾਂ ਇੱਥੇ ਕੁਝ ਹੋਰ ਵਰਡ ਲਿਖਦਾ ਸਮੋਲ ਲਿਖਦਾ ਅ ਲੌਂਗ ਯਾਰਡ ਯਾਰਡ ਅ ਸਮੋਲ ਯਾਰਡ ਅ ਹਾਰਡ ਗਰਾਊਂਡ ਅ ਸੌਫਟ ਗਰਾਊਂਡ ਰੈੱਡ A red cherry a big cherry a wooden door a plastic door a pair of black shoes a pair of white shoes a merry song a sad song a confident girl a tall girl koi bhi adjective aap ithhe likh sakde ha underlined adjective di thaan te theek hai next dekho translation hai i will come to school tomorrow mai kal school aawanga you will meet ramesh tomorrow tusi kal ramesh nu miloge ਰਮਨ ਮੈਨੂੰ ਕੱਲ ਈਮੇਲ ਭੇਜੇਗਾ ਰਮਨ will send me an email tomorrow ਕੀ ਤੁਸੀਂ ਕੱਲ ਮੈਨੂੰ ਮਿਲੋਗੇ will you meet me tomorrow ਨੈਕਸਟ ਆਪਣੇ ਕੋਲ ਹੈਗਾ ਸਿਟੀ ਅਤੇ ਵਿਲੇਜ ਦਾ ਦੇ ਵਿੱਚ ਕੀ ਸਮਾਨਤਾ ਹੈਗੀ ਹੈ ਤੇ ਡਿਫਰੈਂਸਿਸ ਕੀ ਨੇ ਉਹ ਲਿਖਣਾ ਹੈ ਸਮਾਨਤਾਵਾਂ ਆਪਾਂ ਇੱਥੇ ਲਿਖੀਆਂ ਨੇ ਸਿਟੀ ਪਟਿਆਲਾ ਤੇ ਨੇਮ ਆਫ ਮਾਈ ਵਿਲੇਜ ਇਜ਼ ਬਹਿਰ ਜੱਜ ਠੀਕ ਹੈ ਇਹ ਪਿੰਡ ਮੇਰਾ ਜਿਹੜਾ ਹੈ ਫਟਿਆ ਵਾਲੇ ਡਿਸਟ੍ਰਿਕਟ ਦੇ ਵਿੱਚ ਵੀ ਪੈਂਦਾ ਹੈ ਠੀਕ ਹੈ ਸਮਾਣਾ ਪਾਤਰਾਂ ਤਹਿਸੀਲ ਲੱਗਦੀ ਸਾਨੂੰ ਸੋ ਸਿਮਿਲਰिटीज ਕੀ ਹੈ ਇੱਕ ਸਿਟੀ ਅਤੇ ਇੱਕ ਵਿਲੇਜ ਦੇ ਵਿੱਚ ਇਲੈਕਟ੍ਰਿਸਿਟੀ ਹੈ ਦੋਨੋਂ ਥਾਵਾਂ ਤੇ ਹੁੰਦੀ ਹੈ ਕੋਈ ਦਿੱਕਤ ਨਹੀਂ ਹੈਗੀ ਹੁਣ ਗੁੱਡ ਰੋਡਸ ਨੇ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰ ਦੇ ਵਿੱਚ ਵੀ ਮੀਨ ਜੌਬ ਕਮਿਊਨੀਕੇਸ਼ਨ ਦੋਨੋਂ ਥਾਵਾਂ ਤੇ ਮਿਲਦੇ ਹਨ ਤੇ ਡਿਫਰੈਂਸਿਸ ਕੀ ਹੈ ਪੋਲਿਊਟਿਡ 에ਅਰ ਹੈ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਫਰੈਸ਼ 에ਅਰ ਹੈ ਸ਼ਹਿਰ ਦੇ ਵਿੱਚ ਬਿਗ ਬਿਲਡਿੰਗਸ ਨੇ ਪਿੰਡ ਦੇ ਵਿੱਚ ਸਮਾਲ ਹਾਊਸਿਸ ਨੇ ਠੀਕ ਹੈ ਹੋਰ ਵੀ ਤੁਸੀਂ ਆਪਣੇ ਕੋਲ ਐਡ ਕਰ ਸਕਦੇ ਹੋ ਇਸ ਦੇ ਵਿੱਚ ਉਸ ਤੋਂ ਬਾਅਦ ਹੈਗਾ ਜੀ ਦੇਖੋ ਦਾ ਬॉयज वांटेड टू होल्ड द स्मॉल ਬੇਬੀ स्मॉल ਬੇਬੀ ਲਈ ਇੱਕ ਵਰਡ ਆਪਾਂ ਇਹਨਾਂ ਵਿੱਚੋਂ ਚੂਜ਼ ਕਰਨਾ ਹੈ स्मॉल ਬੇਬੀ ਕਹਿੰਦੇ ਬੇਟਾ ਇਨਫੈਂਟ ਨੂੰ ਠੀਕ ਹੈ ਦਾ ਕਲਾਮ ਵਾਸ ਫੁੱਲ ਆਫ ਫਨ ਫੁੱਲ ਆਫ ਫਨ ਮਤਲਬ ਜੋਲੀ ਦਾ ਫਾਰਮਰਸ ਪਿਗ ਵਾਸ ਨਾਟ ਡਰਟੀ ਨਾਟ ਡਰਟੀ ਮਤਲਬ ਕਲੀਨ एवरीवन ਵਾਸ ਫੀਲਿੰਗ ਸਕੈਅਰਡ ਫੀਲਿੰਗ ਸਕੈਅਰਡ ਮਤਲਬ ਡਰੇ ਹੋਏ ਐਫਰੇਡ ਦਾ ਡੋਰ ਵਾਸ ਨਾਟ ਕਲੋਜ਼ ਨਾਟ ਕਲੋਜ਼ ਮਤਲਬ ਓਪਨਡ ਹੀ ਵਾਸ ਨਾਟ ਅਵੇਕ ਨਾਟ ਅਵੇਕ ਮਤਲਬ ਅਸਲੀਪ ਦੈਨ ਇਹ ਤੁਹਾਡੇ ਕੋਲ ਇੱਕ ਇੱਥੇ ਟੇਬਲ ਹੈਗੀ ਇਹ ਇਸ ਟੇਬਲ ਦੇ ਵਿੱਚ ਨਾ ਵਰਡਸ ਨੇ 12 ਉਹ ਆਪਾਂ ਨੇ ਲੱਭਣੇ ਸੀਗੇ ਇਹ ਅੰਡਰਲਾਈਨ ਕੀਤੇ ਹੋਏ ਨੇ ਇੱਥੇ ਜੋ ਹੈ ਨਿਸ਼ਾਨ ਲਗਾਇਆ ਹੋਇਆ ਹੈ ਸਾਰੇ ਵਰਡਸ ਨੂੰ ਤੁਸੀਂ ਨੋਟ ਕਰ ਸਕਦੇ ਹੋ ਜਿਵੇਂ ਪਹਿਲਾ ਵਰਡ ਹੋ ਗਿਆ ਇਸ ਤਰ੍ਹਾਂ ਦੇ ਲਓ ਤੁਸੀਂ ਐਚ ਏ ਐਸ ਟੀ ਵਾਈ ਐਸ ਟੀ ਠੀਕ ਹੈ ਦੂਸਰਾ ਵਰਡ ਤੁਸੀਂ ਇਸ ਤਰ੍ਹਾਂ ਨੋਟ ਕਰਾਂਗੇ ਪਹਿਲਾਂ ਆਪਾਂ ਦੇਖੋ ਰੈਡੀ ਹੈ ਤੇ फीयर्स स्ट्रोंोंोंोंोंोंोंोंोंोंग दैन गुड दैन इतों शुरू करके आया गया फ्राइटनडो इस तरह आ देखो मैं सरप्राइज्ड इस शुरू करके ਇਸ ਤਰ੍ਹਾਂ ਹੀ ਹੇਠਾਂ ਦੇ ਕੋਈ ਸਰਪ੍ਰਾਈਜ਼ਡ ਇੱਥੋਂ ਤੱਕ ਜਾਏਗਾ ਸਰਪ੍ਰਾਈਜ਼ਡ ਠੀਕ ਹੈ ਨੈਕਸਟ ਤੁਸੀਂ ਦੇਖੋ 로यल 12 ਵਰਡਸ ਨੇ ਪੂਰੇ ਹਿੱਸੇ ਵਿੱਚ ਠੀਕ ਹੈ ਇੱਕ ਵਰਡ ਆ ਤੁਸੀਂ ਦੇਖ ਲਓ ਇੱਥੋਂ ਇੱਥੇ ਹੈਗਾ ਇਹ ਇੱਥੋਂ ਐਫ ਤੋਂ ਸ਼ੁਰੂ ਕਰਕੇ ਐਫ ਆਰ ਈ ਈ ਫ੍ਰੀ ਠੀਕ ਹੈ ਫ੍ਰੀ ਹੈ ਇਸ ਤਰ੍ਹਾਂ ਇਹ ਹੇਠਾਂ ਨੂੰ ਹੈ ਤੇ ਇੱਕ ਆਸੀਗਾ ਵਰਡ ਦੇਖੋ ਕਵਾਇਟ ਠੀਕ ਹੈ T ਤੱਕ ਹੈ Q U I E T ਕਵਾਇਟ ਤੇ ਇੱਕ ਵਰਡ ਦੇਖੋ ਤੁਸੀਂ ਆਸੀ W O R S E ਵਰਸ ਠੀਕ ਹੈ ਬੇਟਾ ਇਹ ਤੁਹਾਡੇ ਕੰਪਲੀਟ ਵਰਡ ਜੋ ਇੱਥੇ ਹੋ ਗਏ ਨੇ ਧਿਆਨ ਨਾਲ ਤੁਸੀਂ ਦੇਖ ਕੇ ਪਰ ਲਓ ਤੇ ਇੱਥੇ ਹੀ ਤੁਹਾਡੀ ਇਹ ਵਰਕਸ਼ੀਟ ਕੰਪਲੀਟ ਹੁੰਦੀ ਹੈ ਇਸ ਤੋਂ ਬਾਅਦ ਨੈਕਸਟ ਵਰਕਸ਼ੀਟ ਬੜੀ ਜਲਦੀ ਕੱਲ ਨੂੰ ਆਪਾਂ ਅਪਲੋਡ ਕਰਾਂਗੇ ਕੱਲ ਨੂੰ ਅਪਲੋਡ ਹੋ ਜਾਏਗੀ ਉਹ ਵੀ ਤੁਸੀਂ ਦੇਖ ਕੇ ਤੇ ਆਪਣੀ ਵਰਕਬੁੱਕ ਫਿਲ ਕਰ ਲਿਓ ਇਸ ਤੋਂ ਬਾਅਦ ਤੁਹਾਡੀਆਂ ਬਚਨਗੀਆਂ ਵਰਕਸ਼ੀਟ ਨੰਬਰ 1 2 6 ਠੀਕ ਹੈ ਬੜੀ ਜਲਦ ਹੀ ਸਾਰੀ ਵਰਕ ਵਰਕਸ਼ੀਟਸ ਜੋ ਅਪਲੋਡ ਹੋ ਰਹੀਆਂ ਨੇ ਤੇ ਤੁਸੀਂ ਆਪਣੀ ਵਰਕਬੁੱਕ ਕੰਪਲੀਟ ਕਰ ਸਕਦੇ ਹੋ ਤੇ ਪੇਪਰ ਦੀ ਜਾਰੀ ਕਰ ਸਕਦੇ ਹੋ ਬੇਟਾ ਵੀਡੀਓ ਨੂੰ ਲਾਈਕ ਕਰ ਦਿਓ ਜਰੂਰ ਸ਼ੇਅਰ ਕਰ ਦਿਓ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਠੀਕ ਹੈ ਥੈਂਕ ਯੂ ਵੈਰੀ ਮਚ ਬਾ